देश भर विच ना जाने किन्ने गरीब लोग अजिहे हन जिन्हां नूं अपनी दो वक्त दी रोटी भी नसीब नहीं हुंदी। उन्हां गरीब लोकां दा दर्द कदे भी सुत्ती हुई सरकार तक नहीं पहुंचदा अते ना ही प्रशासन तक पहुंचदा है। इस लॉकडाउन विच इन्हां दी पोजीशन अजिही बनी हुई है कि इह ना तां जी पा रहे हन अते ना ही मर पा रहे हन। अजिहा ही दर्द जिला गुरदासपुर दे बटाला दे इलाके गांधी नगर दे विच देखण नूं मिलिया, जिथे एक बजुर्ग बीमारी नाल लड़ रहा है अते दूजे पासे उन्हां दे घर विच कमाउण वाला एक ही व्यक्ति है जो कि उन्हां दा जवाई है। थोड़ी जानकारी लई दस दईए कि उह वी रिक्शा चलाउंदा है, परंतु इस समय रिक्शा चलाउण वाला अपने परिवार दा पालन पोषण किस ढंग नाल करेगा इस तुहानूं सब नूं पता है। इस गरीब लई मुश्किल दी घड़ी इस समय अजिही बन गई है कि जिस घर विच वी ओह रह रिहा है उस घर दी छत तक डिगण वाली है अते दो छोटे छोटे मासूम दोते वी हन। तुहानूं दस दईए कि ना ही उत्थे कोई पानी दी सुविधा है जिस कारण उन्हां नूं तकरीबन अद्धे किलोमीटर तक घर तों दूर जाना पैंदा है अते छत दा वी कोई भरोसा नहीं कि ओह कदों गिर जावे। गरीबी हैगी है, साडे कोल पानी दी समस्या नहीं, लैटरिन बाथरूम है नहीं, ਸਾਡੇ ਨਾਲੀਆਂ ਵਿੱਚ ਬਹੁਤ ਨਰਕਾ ਗਿਆ। ਜੇ ਪਾਣੀ ਕਿਸੇ ਦੇ ਘਰ ਲੈਣ ਜਾਂਦੇ ਹਾਂ, ਜੇ ਕਿਸੇ ਦੇ ਘਰ ਪਾਣੀ ਲੈਣ ਜਾਂਦੇ ਹਾਂ ਪਾਣੀ ਵੀ ਸਾਨੂੰ ਨਹੀਂ ਦਿੰਦੇ। ਜੇ ਗਲੀ ਦਾ ਵਾਟਰ ਸਪਲਾਈ ਦਾ ਪਾਣੀ ਲੈਣ ਜਾਂਦੇ ਹਾਂ ਉੱਥੇ ਸਾਨੂੰ ਦਬਕੇ ਵੱਜਦੇ ਆ, ਦੇ ਲੈਣ ਉਹ ਪਾਰ ਜਾ ਕੇ ਜਗ੍ਹਾ ਉੱਤੋਂ ਪਾਣੀ ਲਿਆਉਂਦੇ ਹਾਂ ਅਸੀਂ, ਅਤੇ ਮੇਰੇ ਬਜ਼ੁਰਗ ਵੀ ਉੱਥੇ ਜਾਂਦੇ ਨਹਾਉਣ ਵਾਸਤੇ, ਅਤੇ ਅਸੀਂ ਵੀ ਉੱਥੇ ਹੀ ਕਦੇ ਕਿਸੇ ਦੇ ਘਰ ਕਦੇ ਹੱਥ ਬੇਨਤੀ ਕਰਕੇ ਉਹਨਾਂ ਦੇ ਘਰ ਨਹਾ ਨੂੰ ਕੇ ਆ ਜਾਂਦੇ ਹਾਂ। ਕੱਪੜਾ ਲੀੜਾ ਬੰਬੀ 'ਤੇ ਜਾਂਦੇ ਹਾਂ ਧੋਣ ਵਾਸਤੇ, ਜਦੋਂ ਬੰਬੀ ਚਲੇ ਗਈ ਉਦੋਂ ਧੋ ਲੈਂਦੇ ਹਾਂ, ਨਹੀਂ ਤਾਂ ਬੈਠੇ ਰਹਿੰਦੇ ਹਾਂ ਅਸੀਂ। ਬਸ ਸਮਝਦੇ ਨਹੀਂ ਕਿ ਤੰਗੇ ਨਾ, ਨਾਲੀਆਂ 'ਚ ਵੀ ਜ਼ਿਆਦਾ ਤੰਗੇ, ਗਲੀ ਮੁਹੱਲੇ ਵਾਲੇ ਵੀ ਤੰਗ ਸਾਨੂੰ ਜ਼ਿਆਦਾ ਕਰਦੇ ਨੇ, ਤੰਗ ਬਹੁਤ ਜ਼ਿਆਦਾ ਕਰਦੇ, ਧਮਕੀ ਦਿੰਦੇ ਇੱਥੋਂ ਕੱਢ ਦੇਣਾ ਤੁਹਾਨੂੰ, ਤੁਸੀਂ ਗੰਦ ਪਾਇਆ ਹੋਇਆ, ਜੇ ਪਾਇਆ ਹੋਇਆ, ਇੱਥੋਂ ਤੱਕ ਮੇਰੇ ਨਾਲੀ ਦਾ ਪਾਣੀ ਸਿਰਫ ਬਰਤਨ ਸਾਫ਼ ਕਰਦੇ ਆ, ਨਹਾਉਣ ਵਾਸਤੇ ਕੋਈ ਜੀ ਅਰੇਂਜਮੈਂਟ ਨਹੀਂ, ਕੁਛ ਨਹੀਂ ਹੈਗਾ, ਲੈਟਰਿੰਗ ਨਹੀਂ, ਬਾਥਰੂਮ ਗਏ, ਤਾਂ ਵੀ ਸਾਨੂੰ ਇੰਨਾ ਕੁ ਤੰਗੀ ਕੀਤੀ ਪਈ, ਇਹਨਾਂ ਬਹੁਤ ਜ਼ਿਆਦਾ ਤੰਗੀ ਦਿੱਤੀ ਹੋਈ ਗਲੀ ਮੁਹੱਲੇ ਵਾਲਿਆਂ ਨੇ। ਤੁਸੀਂ ਕਿਸੇ ਨੂੰ ਸ਼ਿਕਾਇਤ ਕੀਤੀ ਅੱਜ ਤੱਕ? ਕੋਈ ਨਹੀਂ ਜੀ, ਕਿਸੇ ਨੂੰ ਸ਼ਿਕਾਇਤ ਨਹੀਂ ਕੀਤੀ, ਅਸੀਂ ਚੁੱਪ ਗੁੰਮ ਡਰਦੇ ਲੋਕਾਂ ਕੋਲ ਅੰਦਰ ਵੜ ਜਾਂਦੇ ਹਾਂ, ਅਤੇ ਸਾਡਾ ਇੱਕ ਬੇਟਾ ਹੈਗਾ ਵਾ, ਘਰ ਵਾਲਾ ਬਜ਼ੁਰਗ ਹੈਗਾ ਵਾ, ਡੈਡੀ ਜੀ ਬਜ਼ੁਰਗ ਹੈਗਾ, ਕੋਈ ਸੱਟ ਪੇਟ ਲਾ ਦੇਗਾ ਤਾਂ ਅਸੀਂ ਕਿੱਥੇ ਜਾਵਾਂਗੇ, ਕੋਈ ਮਾਰ ਦੇਗਾ, ਇਹ ਮਾਰਨ ਲੱਗਿਆ ਡਰ ਨਹੀਂ ਕਰਦੇ, ਡਰਦੇ ਨੇ। ਗਰੀਬੀ ਰੇਖਾ ਦੇ ਵਿੱਚ ਹੈਗੇ ਆ, ਸਾਨੂੰ ਤੰਗੀ ਬਹੁਤ ਜ਼ਿਆਦਾ, ਪਾਣੀ ਦੀ ਵੀ ਤੰਗੀ ਹੈ, ਹੋਰ ਰਾਸ਼ਨ ਪਾਣੀ ਵੀ ਤੰਗੀ ਤੰਗੀ ਹੈ, ਚਾਹ ਅਸੀਂ ਇੱਕ ਪਾਈਆ ਦੁੱਧ ਲੈਂਦੇ ਸਾਰੇ ਚੀਜ਼ ਪੀਂਦੇ ਹਾਂ, ਅਤੇ ਬਾਕੀ ਹੋਰ ਸਾਡਾ ਕਦੇ ਸਾਡੀ ਸਬਜ਼ੀ ਵੀ ਆ ਜਾਂਦੀ ਹੈ, ਕਦੇ ਚਟਨੀ ਨਾਲ ਵੀ ਖਾ ਲੈਂਦੇ ਹਾਂ, ਕਦੇ ਚਾਰ ਨਾਲ ਵੀ ਖਾ ਲੈਂਦੇ ਹਾਂ, ਜਾਣੀ ਆਪਣਾ ਟਾਈਮ ਪਾਸ ਕਰਦੇ ਹਾਂ, ਬੜਾ ਮੁਸ਼ਕਲ। ਤੁਹਾਡੇ ਘਰ 'ਚ ਕਮਾਉਣ ਵਾਲੇ ਕਿੰਨੇ ਜਣੇ ਆ? ਕਮਾਉਣ ਵਾਲਾ ਇਸ ਵੇਲੇ ਤਾਂ ਇੱਕੋ ਹੀ ਆ। ਕੌਣ ਆ ਉਹ? ਸਾਡਾ ਜਵਾਈ। ਕਿੰਨੇ ਪੈਸੇ ਕਮਾਉਣਾ ਮੈਂ? ਉਹ ਬਸ ਇਹੋ ਜੀ 100-125 ਰੁਪਈਆ ਲੈਂਦਾ ਦਿਹਾੜੀ ਦਾ, ਕਮਾ ਕੇ 3-4 ਮਹੀਨੇ ਹੋ ਗਏ, ਪਹਿਲਾਂ 250 ਬਣ ਜਾਂਦੇ। ਕਿੰਨੇ ਜਣੇ ਖਾਣ ਵਾਲੇ? ਖਾਣ ਵਾਲੇ ਤਾਂ ਅਸੀਂ ਹੈਗੇ ਜੀ, ਦੇਖੋ ਹੈਗੇ 6 ਜੀ। ਸਰ, ਇਹਨਾਂ ਦੀ ਗਰੀਬੀ ਵੱਲ ਦੇਖ ਕੇ ਮੈਨੂੰ ਬਹੁਤ ਤਰਸ ਆਉਂਦਾ ਸੀ, ਹਰ ਤਰ੍ਹਾਂ ਦੀ ਗਰੀਬੀ ਇਹਨਾਂ ਨੇ ਝਾਕੀ ਹੈ, ਹਰ ਤਰ੍ਹਾਂ ਦੀ ਝਾਕ ਰਹੇ ਨੇ, ਇਹਨਾਂ ਨੂੰ ਕਿਸੇ ਚੀਜ਼ ਦੀ ਸਹੂਲਤ ਨਹੀਂ ਹੈਗੀ, ਨਾ ਹੀ ਇਹਨਾਂ ਨੂੰ ਕਿਸੇ ਰਾਸ਼ਨ ਦੀ ਸਹੂਲਤ ਹੈ, ਨਾ ਹੀ ਇਹਨਾਂ ਨੂੰ ਪਾਣੀ ਦੀ ਸਹੂਲਤ ਹੈ, ਹਰ ਤਰ੍ਹਾਂ ਦੀ ਪ੍ਰਸਥਿਤੀ ਦੇ ਵਿੱਚੋਂ ਲੰਘਣ ਡੇ ਨੇ, ਬਹੁਤ ਹੀ ਮੁਸ਼ਕਿਲ ਹੈ ਇਹਨਾਂ ਵਾਸਤੇ ਕਿ ਇੱਕ ਜਣਾ ਕਮਾਉਣ ਵਾਲਾ, 5-7 ਜਣੇ ਖਾਣ ਵਾਲੇ, ਉੱਥੋਂ ਕਿ ਇਹਨਾਂ ਨੂੰ ਹਰ ਪਾਸੇ ਤੋਂ ਝਿੜਕਾਂ ਦਾਬੇ, ਜਿੱਧਰ ਜਾਣ ਬੱਚੇ ਉੱਧਰੇ ਹੀ ਇਹਨਾਂ ਨੂੰ ਲਾਹਨਤਾਂ ਹੀ ਪੈ ਰਹੀਆਂ ਨੇ ਕਿ ਹਾਏ ਤੁਸੀਂ ਆਪਣਾ ਕਿਉਂ ਨਹੀਂ ਕਰਦੇ, ਤੁਸੀਂ ਕਰੋ, ਹਾਂ ਤੁਹਾਡੇ ਵਿੱਚ ਕੀ ਕਮੀਆਂ ਨੇ, ਲੇਕਿਨ ਮੈਨੂੰ ਤਾਂ ਇਹਨਾਂ ਵਿੱਚ ਸਾਰੇ ਪਾਸੇ ਕਮੀਆਂ ਹੀ ਨਜ਼ਰ ਆ ਰਹੀਆਂ ਸੀ, ਲੇਕਿਨ ਇੱਥੋਂ ਦੇ ਇੰਨੇ ਜ਼ਾਲਿਮ ਲੋਕ ਨੇ ਕਿ ਕਿਸੇ ਨੂੰ ਇਹਨਾਂ ਦੀ ਗਰੀਬੀ ਉੱਤੇ ਤਰਸ ਨਹੀਂ ਆ ਰਹੀ। ਮੈਂ ਤਾਂ ਖੁਦ ਦੇਖਦੀ ਹਾਂ, ਮੈਂ ਖੁਦ ਦੇਖਿਆ ਇਹਨਾਂ ਦੀ ਹਾਲਾਤ ਦੇਖੇ ਨੇ ਕਿ ਇੰਨੀ ਗਰੀਬੀ ਦੇ ਵਿੱਚ, ਮੈਂ ਖੁਦ ਜਦੋਂ ਦੇਖਦੀ ਹਾਂ ਮੈਨੂੰ ਇੰਨਾ ਤਰਸ ਆਉਂਦਾ ਸੀ ਕਿ ਕੀ ਬਣੇਗਾ ਇਸ ਪਰਿਵਾਰ ਦਾ, ਜਿਸ ਪਿਓ ਦੀਆਂ 3 ਧੀਆਂ ਹੋਣ, ਉਹ ਵੀ ਘਰ ਦੇ ਵਿੱਚ ਰੌਲਾ ਰੱਪਾ ਪਿਆ ਹੀ ਰਹਿੰਦਾ ਹੈ, ਪਿਆ ਹੀ ਰਹਿੰਦਾ ਹੈ, ਨਾ ਜਵਾਈ ਚੱਜਦੇ, ਨਾ ਅੱਗੋਂ ਧੀਆਂ ਵਸੀਆਂ, ਨਾ ਕੁਛ, ਕਿ ਮੈਂ ਖੁਦ ਇਸ ਚੀਜ਼ ਦੇ ਵਿੱਚ ਪਰੇਸ਼ਾਨ ਹਾਂ ਕਿ ਕੀ ਇਹਨਾਂ ਦੇ ਉੱਤੇ ਮਾਰ ਵਰਗੀ ਹੋਈ। ਅਤੇ ਮੈਂ ਚਾਹੁੰਦੀ ਹਾਂ ਕਿ ਸਰਕਾਰ ਵੱਲੋਂ ਇਹਨਾਂ ਨੂੰ ਜਿੰਨੀ ਵੀ ਸਹੂਲਤ ਦਿੱਤੀ ਜਾਵੇ ਉਨੀ ਹੀ ਥੋੜ੍ਹੀ। ਹਾਂਜੀ ਸਰ, ਉਹ ਇੱਦਾਂ ਦਾਅਵੇ ਕਰਨ ਦਾ ਕੀ ਫਾਇਦਾ? ਮੈਂ ਤਾਂ ਕਹਿੰਦੀ ਹਾਂ ਜੇਕਰ ਸਰਕਾਰ ਜੇਕਰ ਕਿਸੇ ਗਰੀਬ ਨਾਲ ਮੱਥਾ ਲਾਉਂਦੀ ਹੈ ਤਾਂ ਸ਼ਰੇਆਮ ਅੱਗੇ ਹੋ ਕੇ ਲਾਵੇ, ਇਸ ਤਰ੍ਹਾਂ ਨਹੀਂ ਕਿ ਅਸੀਂ ਛਿਪ ਕੇ ਅਸੀਂ ਕੋਈ ਕੰਮ ਕਰਾਂਗੇ। ਹੁਣ ਜੇਕਰ ਸਰਕਾਰ ਦਾਅਵੇ ਲਾਉਂਦੀ ਹੈ ਅੱਗੇ ਵਧੇ, ਹਾਂ ਗਰੀਬ ਨੂੰ ਆਣ ਕੇ ਖੁਦ ਪੁੱਛੇ, ਹਾਂ ਵੀ ਤੁਹਾਡੇ ਕੋਲ ਕੁਛ ਹੈ, ਕੁਛ ਖਾਧਾ ਨਹੀਂ ਖਾਧਾ, ਤੁਹਾਡੇ ਘਰ ਦੇ ਵਿੱਚ ਕੀ ਸਹੂਲਤ ਹੈਗੀ ਹੈ ਕੀ ਨਹੀਂ ਹੈਗੀ,
ਇਹਨਾਂ ਨੇ ਸਰਕਾਰ ਨੇ ਵੀ ਖੁਦ ਜਿਨ੍ਹਾਂ ਦੇ ਘਰ ਪਹਿਲਾਂ ਹੀ ਭਰੇ ਹੋਏ ਨੇ ਉਹਨਾਂ ਦੇ ਹੀ ਭਰੇ ਨੇ, ਗਰੀਬ ਨੂੰ ਕੁਛ ਨਹੀਂ ਦਿੱਤਾ। ਪ੍ਰਾਈਮ ਦੇ ਲਈ ਗੁਰਦਾਸਪੁਰ ਤੋਂ ਜਤਿੰਦਰ ਕੁੰਦਲ ਦੀ ਰਿਪੋਰਟ।